ਮੇਰਾ ਨਾਮ ਗੁਰਪ੍ਰੀਤ ਸਿੰਘ ਵੜੈਚ ਆ, ਮੈਂ ਪਨਬਸ PRTC ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਡਿਪੂ ਦਾ ਸੈਕਟਰੀ ਹਾਂ। ਅੱਜ ਅਸੀਂ ਕੱਲ੍ਹ ਗੇਟ ਰੈਲੀਆਂ ਕਰਕੇ ਪੰਜਾਬ ਸਰਕਾਰ ਅਤੇ ਪੰਜਾਬ ਰੋਡਵੇਜ਼ ਦੀ ਮੈਨੇਜਮੈਂਟ ਨੂੰ ਐਲਾਨ ਕਰ ਦਿੱਤਾ ਸੀ ਕਿ ਸਾਡੇ ਜਿਹੜੇ ਸਾਥੀ ਨਜਾਇਜ਼ ਰਿਪੋਰਟਾਂ ਲਾ ਕੇ ਕੰਡੀਸ਼ਨਾਂ ਲਾ ਕੇ ਡਿਊਟੀਆਂ ਤੋਂ ਕੱਢੇ ਗਏ ਨੇ, ਉਹਨਾਂ ਨੂੰ ਬਿਨਾਂ ਸ਼ਰਤ ਜਿਹੜਾ ਹੈਗਾ ਡਿਊਟੀਆਂ 'ਤੇ ਬਹਾਲ ਕੀਤਾ ਜਾਵੇ। ਪਰ ਮੈਨੇਜਮੈਂਟ ਲਗਾਤਾਰ ਜਿਹੜਾ ਹੈਗਾ ਮੁਲਾਜ਼ਮ ਮਾਰੂ ਕੁਹਾੜਾ ਲੈ ਕੇ ਆ ਰਹੀ ਆ। ਹੁਣ ਇਹਨਾਂ ਵੱਲੋਂ ਇੱਕ ਨਵੀਂ ਚਿੱਠੀ ਜਾਰੀ ਕੀਤੀ ਗਈ ਆ, ਜਿਹਦੇ ਵਿੱਚ ਸਾਡੇ ਜਿਹੜੇ ਮੁਲਾਜ਼ਮ ਡਿਊਟੀਆਂ ਤੋਂ ਕੱਢੇ ਗਏ ਨੇ ਉਹਨਾਂ ਨੂੰ ਕੰਟਰੈਕਟ ਵਾਲੇ ਸਾਥੀਆਂ ਨੂੰ ਆਊਟਸੋਰਸ 'ਤੇ ਲਿਆ ਜਾਏਗਾ, ਘੱਟ ਤਨਖਾਹਾਂ 'ਤੇ ਲਿਆ ਜਾਏਗਾ। ਜਿਸ ਦੇ ਰੋਸ ਵਜੋਂ ਅੱਜ ਦੁਪਹਿਰ 12 ਵਜੇ ਤੋਂ ਬਾਅਦ ਜਿੰਨੀਆਂ ਵੀ ਬੱਸਾਂ ਸੜਕਾਂ 'ਤੇ ਨੇ ਉਹਨਾਂ ਨੂੰ ਡੀਪੂਆਂ 'ਚ ਵਾਪਸ ਬੁਲਾ ਕੇ ਕੱਲ੍ਹ ਸਵੇਰੇ ਪਹਿਲੇ ਟਾਈਮ ਤੋਂ ਮੁਕੰਮਲ ਤੌਰ 'ਤੇ ਚੱਕਾ ਜਾਮ ਕਰਕੇ ਪੰਜਾਬ ਦੀ ਵਿਧਾਨ ਸਭਾ ਦਾ ਜਿਹੜਾ ਘਰਾਓ ਆ ਉਹ ਪੰਜਾਬ ਰੋਡਵੇਜ਼ ਦੇ ਅਤੇ PRTC ਦੇ ਕੰਮ ਏ ਵਿਧਾਨ ਸਭਾ ਦਾ ਘਰਾਓ ਕਰਨਗੇ। ਹਲਦੀ ਕਲੀ ਸਾਡੀ ਜਿਹੜੀ ਹੜਤਾਲ ਆ ਉਹ ਸਿਰਫ ਕੱਲ੍ਹ ਦੇ ਦਿਨ ਦੀ ਆ, ਪਰ ਜੇਕਰ ਸਾਡੀਆਂ ਮੰਗਾਂ ਨੂੰ ਬੂਰ ਨਾ ਪਿਆ ਤਾਂ ਇਸ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਅੱਗੇ ਵੀ ਜਿਹੜੇ ਨੇ ਐਕਸ਼ਨ ਕੀਤੇ ਜਾਣਗੇ।